ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ। ਅੱਜ ਸਾਡੀ ਸਪੈਸ਼ਲ ਮਾਨਸ ਕਾਲ ਪੰਜਾਬ ਵੱਲੋਂ ਅਤੇ ਸਾਡੇ ਰੈਂਕ ਕਮਿਟਮੈਂਟ ਦੇ ਭਾਈ ਜੀ ਸਾਹਿਬ ਅਤਿੰਦਰਪ੍ਰੀਤ ਸਿੰਘ ਜੀ, ਸਾਰਿਆਂ ਰਲ ਕੇ ਅੱਜ ਬੜਾ ਵਧੀਆ ਇੱਕ ਸਾਹਮਣੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਵਾਲੇ 'ਤੇ ਅਸੀਂ ਇਹਨਾਂ ਦਾ ਸਵਾਗਤ ਕੀਤਾ, ਫੁੱਲਾਂ ਦੀ ਵਰਖਾ ਕੀਤੀ, ਨਾਲ ਇਹਨਾਂ ਬੈਂਕ ਵੱਲੋਂ ਪ੍ਰਸ਼ਾਦ ਦਾ ਖੁੱਲ੍ਹਾ ਗੱਪਾ ਜਿਹੜਾ ਵੰਡਿਆ ਗਿਆ ਅਤੇ ਬੜੀ ਅੱਜ ਵਧੀਆ ਦਿਨ ਹੈ। ਮੈਂ ਸਾਰਿਆਂ ਵਾਸਤੇ ਬੜੀ ਦੁਆ ਮੰਗਦਾ ਕਿ ਪਰਮਾਤਮਾ ਸਾਹਿਬ ਦਾ ਭਲਾ ਕਰੇ, ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੀ ਤੰਦਰੁਸਤੀ ਵਾਸਤੇ। ਗੁਰੂ ਸਾਹਿਬ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਇਸ ਕੌਮ ਲਈ, ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਗੁਰੂ ਸਾਹਿਬ ਦੀ ਕੁਰਬਾਨੀ ਨੂੰ ਕੋਈ ਭੁੱਲ ਸਕਦਾ? ਤੁਹਾਨੂੰ ਪਤਾ ਪਿੱਛੇ ਜੀ ਉਹਨਾਂ ਦੀ ਉਹਨਾਂ ਦੇ ਬੱਚਿਆਂ ਨੇ ਸ਼ਹਾਦਤਾਂ ਨਹੀਂ ਆ, ਜਿੱਥੇ ਹਰ ਇੱਕ ਲੋਕਾਂ ਨੇ ਸਹਿਯੋਗ ਕੀਤਾ, ਉਹਦੇ ਵਿੱਚ ਵੀ ਅਸੀਂ ਬੜਾ ਉਹਨਾਂ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਰਲ ਮਿਲ ਕੇ ਉਹ ਦਿਹਾੜਾ ਵੀ ਮਨਾਇਆ ਅਤੇ ਅੱਜ ਦਾ ਦਿਨ ਜਿਹੜਾ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਜਿਹੜਾ ਅਸੀਂ ਬੜੀ ਖੁਸ਼ੀ ਹਾਂ। ਸਾਡੇ ਮਾਧਿਅਮ ਰਾਹੀਂ ਤੁਸੀਂ ਆਪਣਾ ਕੋਈ ਸੰਦੇਸ਼ ਦੇਣਾ ਚਾਹੁੰਦੇ ਆਪਣੀ ਮਾਨਵ ਸੁਸਾਇਟੀ ਵੱਲੋਂ ਔਰ ਗੁਰੂ ਸਾਹਿਬ ਦੇ ਜਨਮ ਦਿਹਾੜੇ ਵੱਲੋਂ? ਮੈਂ ਆਪਣੀ ਸੁਸਾਇਟੀ ਵੱਲੋਂ ਸਾਰਿਆਂ ਨੂੰ ਦੇਸ਼ ਵਾਸੀ ਨੂੰ ਇਹ ਕਹਿੰਦਾ ਕਿ ਸਰਬੱਤ ਦਾ ਭਲਾ ਕਰੋ, ਸਰਬੱਤ ਦੇ ਭਲੇ ਵਾਸਤੇ ਕੰਮ ਕਰੋ, ਨਾ ਕਿ ਕਿਸੇ ਦੇ ਨਾਲ ਬੁਰਾਈ ਦਾ ਕੰਮ ਕਰੋ। ਅੱਜ ਦਾ ਸਮਾਂ ਜਿਹੜਾ ਹੈ ਭਲਾਈ ਦਾ ਕੰਮ ਹੈ, ਉਹਦੇ ਨਾਲ ਪਰਮਾਤਮਾ ਕੀ ਕਰਦੇ ਹੋ? ਤੇ ਬੋਲੋ ਜੀ। ਅੱਜ ਅਸੀਂ ਹਲਦੀਆਰ ਦੇ ਬਾਹਰ ਕੋਆਪਰੇਟਿਵ ਬੈਂਕ ਸੁਸਾਇਟੀ ਦੇ ਮੈਨੇਜਰ ਸਾਹਿਬ ਨਾਲ ਖੜੇ ਹਾਂ, ਉਹਨਾਂ ਨੇ ਚੇਅਰਮੈਨ ਸਾਹਿਬ ਨਾਲ ਖੜੇ ਹਾਂ, ਜਿਨ੍ਹਾਂ ਨੇ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਹੈ, ਪੰਜ ਪਿਆਰਿਆਂ ਦਾ ਨਿੱਘਾ ਸਵਾਗਤ ਕੀਤਾ ਹੈ, ਸ਼ੋਭਾ ਯਾਤਰਾ ਜਾ ਚੁੱਕੀ ਹੈ ਅਤੇ ਹਜੇ ਵੀ ਲੰਗਰ ਚੱਲ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਰਧਾ ਭਾਵ ਹੈ, ਯੰਗ ਉਮਰ 'ਚ ਹਨ ਔਰ ਬਹੁਤ ਹੀ ਨਿਸ਼ਠਾ ਨਾਲ ਗੁਰੂ ਜੀ ਸਾਹਿਬ ਦੀ ਸੇਵਾ ਕਰਦੇ ਨੇ। ਆਉਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜਾ ਤੁਸੀਂ ਲੰਗਰ ਲਗਾਇਆ ਉਹਦਾ ਉਪਰਾਲਾ ਕੀ? ਸਿਰਫ ਸਾਡਾ ਇੱਕ ਮਹਾਰਾਜ ਦੇ ਚਰਨਾਂ ਦੀ ਸਾਡਾ ਇੱਕ ਵਿਸ਼ਵਾਸ ਹੈ, ਉਹਦਾ ਦੀ ਸੇਵਾ ਦੇ ਵਿੱਚ ਅਸੀਂ ਆਪਣਾ ਨਮਨ ਤੁਸੀਂ ਬਹੁਤ ਯੰਗ ਹੋ, ਮੈਂ ਦੇਖਿਆ ਹੈ ਕਿ ਬਹੁਤ ਬਹੁਤ ਜਿਹੜੇ ਯੰਗ ਲੋਕ ਨੇ ਨਸ਼ਿਆਂ 'ਚ ਪੈ ਗਏ ਨੇ, ਹੋਰ ਲੋਕਾਂ 'ਚ ਚਲੇ ਗਏ, ਪਰ ਤੁਸੀਂ ਗੁਰੂ ਸਾਹਿਬ ਨਾਲ ਜੁੜੇ ਹੋਏ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਨਸ਼ੇ ਦੇ ਚਲੇ ਗਏ ਨੇ ਸਾਨੂੰ ਉਹਨਾਂ ਨੂੰ ਵੀ ਚੁੱਕਣਾ ਪੈਣਾ, ਸਾਨੂੰ ਗੁਰੂ ਦੇ ਰਾਹ ਚੱਲਾਂਗੇ ਅਤੇ ਅੱਗੇ ਅਸੀਂ ਆਪਣੇ ਦੇਸ਼ ਨੂੰ ਆਪਣੇ ਕੌਮ ਨੂੰ ਬਚਾ ਸਕਾਂਗੇ। ਠੀਕ ਹੈ ਜੀ, ਜਿਹੜੀ ਇਹ ਸ਼ੋਭਾ ਯਾਤਰਾ ਆ ਰਹੀ ਹੈ, ਇਹ ਜਿਹੜੀ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਚੰਗੇ ਪਾਸੇ ਨੌਜਵਾਨ ਲੈ ਕੇ ਜਾ ਸਕਦੀ ਹੈ? ਬਿਲਕੁਲ, ਨੌਜਵਾਨ ਦੇਸ਼ਾਂ 'ਤੇ ਚੱਲੇ, ਧੰਨਵਾਦ ਜੀ। ਨੌਜਵਾਨ ਨੂੰ ਗੁਰੂ ਦੇ ਉਪਦੇਸ਼ਾਂ 'ਤੇ ਚੱਲਣਾ ਚਾਹੀਦਾ ਹੈ ਔਰ ਚੰਗੇ ਚੰਗੇ ਕੰਮ ਕੀਤੇ ਨੇ ਉਹਨਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ, ਨਸ਼ੇ ਨੂੰ ਛੱਡ ਕੇ ਮੁੱਖ ਧਾਰਾ 'ਚ ਆਉਣਾ ਚਾਹੀਦਾ। ਇਹ ਸੰਦੇਸ਼ ਹੈ ਚੇਅਰਮੈਨ ਸਾਹਿਬ ਕੋਆਪਰੇਟਿਵ ਸੁਸਾਇਟੀ ਵਾਲਿਆਂ ਦਾ। ਮੈਂ ਆਪਣੇ ਸਹਿਯੋਗੀ ਸੰਜੀਵ ਰੋੜਾ ਦੇ ਨਾਲ ਅਸ਼ਵਨੀ ਪ੍ਰਾਸ਼ਰ ਹੋਰ ਜੀ ਰਾਮ ਰਾਮ।